ਦਸਵੀਂ ਕਹਾਣੀ, ਦਸ ਮੁਸੀਬਤਾਂ। ਪਰਮਾਤਮਾ ਮੂਸਾ ਕਨੇ ਹਾਰੂਨ ਜੋ ਚੇਤਾਵਨੀ ਦਿੱਤੀ ਕਿ ਫਿਰੌਨ ਰਾਜਾ ਡੀਠ ਹੋਈ ਜਾਂਗਾ। ਜਲ ਉਸੇ ਫਿਰੌਨ ਰਾਜੇ ਅਲੀ ਗੈ ਕਨੇ ਤਿਨਾ ਤਿਸਨੇ ਗਲਾਇਆ, ਇਸਰਾਇਲ ਦੇਸੇ ਦਾ ਪਰਮਾਤਮਾ ਗਲਾਂਦਾ ਹੈ ਮੇਰਿਆਂ ਲੋਕਾਂ ਜੋ ਛੱਡੀ ਦੇ। ਅਪਰ ਫਿਰੌਨ ਰਾਜਾ ਤਿਨਾ ਪਰ ਹੱਸਿਆ ਕਨੇ ਗਲਾਇਆ ਕਿ ਮੈਂ ਇਸਰਾਇਲੀ ਲੋਕਾਂ ਜੋ ਨੀ ਛੱਡਗਾ। ਫਿਰੌਨ ਰਾਜਾ ਤਿਨਾ ਜੋ ਕੜੀ ਮਿਹਨਤ ਕਰਨੇ ਤਾਈ ਮਜਬੂਰ ਕਰੀ ਦਿੱਤਾ। ਫਿਰੌਨ ਰਾਜਾ ਹੋਰ ਡੀਠ ਹੋਈ ਗਿਆ ਕਨੇ ਤਿਨਾ ਲੋਕਾਂ ਜੋ ਛੱਡਣਾ ਨੀ ਚਾਹੁੰਦਾ ਥਾ। ਇਸ ਤਾਈ ਪਰਮਾਤਮਾ ਮਿਸਰ ਦੇਸੇ ਚ ਦਸ ਖਤਰਨਾਕ ਮੁਸੀਬਤਾਂ ਘਲੀਆਂ। ਇਹਨਾਂ ਮੁਸੀਬਤਾਂ ਦੇ ਜ਼ਰੀਏ ਪਰਮਾਤਮਾ ਦੱਸਣਾ ਚਾਹੁੰਦਾ ਥਾ ਕਿ ਸਹਿ ਫਿਰੌਨ ਰਾਜੇ ਤੇ ਕਨੇ ਮਿਸਰ ਦੇ ਦੇਵਤਿਆਂ ਤੇ ਜ਼ਿਆਦਾ ਤਾਕਤਵਰ ਹੈ। ਪਰਮਾਤਮਾ ਨੀਲ ਨਦੀਏ ਦੇ ਪਾਣੀਏ ਜੋ ਖੂਨ ਬਣਾਈ ਦਿੱਤਾ, ਅਪਰ ਫਿਰ ਵੀ ਫਿਰੌਨ ਰਾਜਾ ਇਸਰਾਇਲੀ ਲੋਕਾਂ ਜੋ ਛੱਡਣਾ ਨਹੀਂ ਚਾਹੁੰਦਾ ਥਾ। ਪਰਮਾਤਮਾ ਸਾਰੇ ਮਿਸਰ ਦੇਸੇ ਚ ਮੈਡਕਾਂ ਜੋ ਘੱਲਿਆ। ਫਿਰੌਨ ਰਾਜਾ ਮੈਡਕਾਂ ਜੋ ਦੂਰ ਲਈ ਜਾਣੇ ਤਾਈ ਮੂਸਾ ਨੇ ਬੇਨਤੀ ਕੀਤੀ। ਜਲ ਫਿਰੌਨ ਰਾਜਾ ਦੇਖਿਆ ਕਿ ਸਾਰੇ ਮੈਂਡਕ ਮਰੀ ਗਏ ਹਨ, ਤਲ ਫਿਰੌਨ ਰਾਜਾ ਆਪਣੇ ਮਨੇ ਜੋ ਹੋਰ ਕਠੋਰ ਕਰੀ ਲਿਆ ਕਨੇ ਮਿਸਰੀ ਲੋਕਾਂ ਜੋ ਨਹੀਂ ਛੱਡਿਆ। ਇਸ ਤਾਈ ਪਰਮਾਤਮਾ ਖਤਰਨਾਕ ਟਿੱਡੀਆਂ ਦੀ ਮੁਸੀਬਤ ਘੱਲੀ, ਜਿਸਤੇ ਬਾਅਦ ਤਿੰਨੀ ਖੂਨ ਚੂਸਣੇ ਵਾਲੀਆਂ ਮੱਖੀਆਂ ਘੱਲੀਆਂ। ਫਿਰੌਨ ਰਾਜਾ ਮੂਸਾ ਕਨੇ ਹਾਰਨੇ ਜੋ ਸੱਦਿਆ ਕਨੇ ਤਿਨਾਂ ਨੇ ਗਲਾਇਆ ਕਿ ਜੇ ਸਹਿ ਜਿਸਾ ਮੁਸੀਬਤਾਂ ਜੋ ਰੋਕੀ ਦਿੰਗਾ ਤਾਂ ਇਸਰਾਇਲੀ ਲੋਕ ਮਿਸਰ ਦੇਸੇ ਜੋ ਛੱਡੀ ਕਰੀ ਜਾ ਸਕਦੇ ਹਨ। ਜਲ ਮੂਸਾ ਪ੍ਰਾਰਥਨਾ ਕੀਤੀ ਤਾਂ ਪਰਮਾਤਮਾ ਮਿਸਰ ਦੇਸੇ ਤੇ ਖੂਨ ਚੂਸਣੇ ਵਾਲੀਆਂ ਮੱਖੀਆਂ ਜੋ ਦੂਰ ਕਰੀ ਦਿੱਤਾ, ਅਪਰ ਫਿਰੌਨ ਰਾਜਾ ਫਿਰ ਵੀ ਆਪਣੇ ਮਨੇ ਜੋ ਹੋਰ ਕਠੋਰ ਕਰੀ ਲਿਆ ਕਨੇ ਤਿਨਾਂ ਲੋਕਾਂ ਜੋ ਨਹੀਂ ਛੱਡਿਆ। ਇਸ ਤੇ ਬਾਅਦ ਪਰਮਾਤਮਾ ਮਿਸਰੀ ਲੋਕਾਂ ਦੇ ਸਾਰੇ ਪਾਲਤੂ ਜਾਨਵਰਾਂ ਜੋ ਬਿਮਾਰ ਕਰੀ ਦਿੱਤਾ ਕਨੇ ਤਿਨਾਂ ਜੋ ਮਾਰੀ ਦਿੱਤਾ, ਅਪਰ ਫਿਰੌਨ ਰਾਜੇ ਦਾ ਮਨ ਹੋਰ ਕਠੋਰ ਹੋਈ ਗਿਆ ਕਨੇ ਤਿੰਨੀ ਇਸਰਾਇਲੀ ਲੋਕਾਂ ਜੋ ਨਹੀਂ ਛੱਡਿਆ। ਤਾਲੂ ਪਰਮਾਤਮਾ ਮੂਸਾ ਨੇ ਗਲਾਇਆ, ਹੱਥੇ ਚ ਧੂੜ ਲੈ ਕਨੇ ਤਿਸਾ ਜੋ ਫਿਰੌਨ ਰਾਜੇ ਦੇ ਸਾਹਮਣੇ ਅੰਮ੍ਰਿਤ ਪਾਸੇ ਸੱਟਿਆ। ਜਾਲੂ ਤਿੰਨੀ ਤੀਆਂ ਹੀ ਕੀਤਾ ਤਾਂ ਮਿਸਰ ਦੇਸੇ ਦੇ ਲੋਕਾਂ ਕਨੇ ਜਾਨਵਰਾਂ ਪਰ ਵੱਡੇ ਵੱਡੇ ਫੋੜੇ ਹੋਈ ਗਏ, ਅਪਰ ਇਸਰਾਇਲੀ ਲੋਕਾਂ ਜੋ ਕੁਛ ਨਹੀਂ ਹੋਇਆ। ਤਾਲੂ ਪਰਮਾਤਮਾ ਫਿਰੌਨ ਰਾਜੇ ਦੇ ਮਨੇ ਜੋ ਕਠੋਰ ਕਰੀ ਦਿੱਤਾ, ਫਿਰੌਨ ਰਾਜਾ ਇਸਰਾਇਲੀ ਲੋਕਾਂ ਜੋ ਨਹੀਂ ਛੱਡਿਆ। ਇਸ ਤੇ ਬਾਅਦ ਪਰਮਾਤਮਾ ਮਿਸਰ ਦੇਸੇ ਪਰ ਸਨੈਟ ਸੱਟਿਆ ਕਨੇ ਸਨੈਟੇ ਨੇ ਸਾਰੀ ਫਸਲ ਬਰਬਾਦ ਹੋਈ ਗਈ ਕਨੇ ਜਿਹੜਾ ਕੋਈ ਘਰੇ ਦੇ ਬਾਹਰ ਨਿਕਲਿਆ ਤੁਸੀਂ ਉਹ ਮਾਰੀ ਦਿੱਤਾ। ਫਿਰੌਨ ਰਾਜਾ ਮੂਸਾ ਕਨੇ ਹਾਰਨੇ ਜੋ ਸੱਦਿਆ ਕਨੇ ਤਿਨਾਂ ਜੋ ਗਲਾਇਆ, ਮੈਂ ਪਾਪ ਕੀਤਿਆ ਹੈ, ਤੁਹਾਂ ਜਾ ਸਕਦੇ ਹਨ। ਮੂਸਾ ਪ੍ਰਾਰਥਨਾ ਕੀਤੀ ਕਨੇ ਅੰਬਰੇ ਤੇ ਸਨੈਟੇ ਦਾ ਪੌਣਾ ਰੁਕੀ ਗਿਆ। ਅਪਰ ਫਿਰੌਨ ਰਾਜਾ ਫਿਰੀ ਤੇ ਪਾਪ ਕੀਤਾ ਕਨੇ ਆਪਣੇ ਮਨੇ ਜੋ ਕਠੋਰ ਕਰ ਲਿਆ, ਤਿੰਨੀ ਇਸਰਾਇਲੀ ਲੋਕਾਂ ਜੋ ਨਹੀਂ ਛੱਡਿਆ। ਫਿਰੀ ਪਰਮਾਤਮਾ ਮਿਸਰ ਦੇਸੇ ਚ ਹੜ ਗਵਾਲੀਆਂ ਦਾ ਝੁੰਡ ਦੀ ਮੁਸੀਬਤ ਘੱਲੀ। ਇਹਨਾਂ ਹੜ ਗਵਾਲੀਆਂ ਮਿਸਰ ਦੇਸੇ ਦੀ ਸਾਰੀਆਂ ਫਸਲਾਂ ਜੋ ਖਾਈ ਲਿਆ, ਜਿਨ੍ਹਾਂ ਜੋ ਸਨੈਟੇ ਨੇ ਬਰਬਾਦ ਨਹੀਂ ਕੀਤਾ ਥਾ। ਫਿਰੀ ਪਰਮਾਤਮਾ ਤ੍ਰੈ ਦਿਨ ਮਿਸਰ ਦੇਸੇ ਚ ਹਨੇਰਾ ਕਰੀ ਦਿੱਤਾ। ਇਹ ਹਨੇਰਾ ਇਤਨਾ ਕਾਲਾ ਥਾ ਕਿ ਮਿਸਰ ਦੇਸੇ ਦੇ ਲੋਕ ਘਰਾਂ ਤੇ ਬਾਹਰ ਨਹੀਂ ਨਿਕਲੀ ਸਕੇ, ਅਪਰ ਉੱਥੋਂ ਇਸਰਾਇਲੀ ਲੋਕ ਰਹਿੰਦੇ ਥੇ ਉੱਥੋਂ ਪ੍ਰਗੜਾ ਥਾ। ਇਹਨਾਂ ਨੌ ਮੁਸੀਬਤਾਂ ਦੇ ਬਾਅਦ ਵੀ ਫਿਰੌਨ ਰਾਜਾ ਇਸਰਾਇਲੀ ਲੋਕਾਂ ਜੋ ਨਹੀਂ ਛੱਡਿਆ ਕਨੇ ਛੱਡਣੇ ਤੇ ਮਨਾ ਕੀਤਾ, ਕਜੋ ਕਿ ਫਿਰੌਨ ਰਾਜਾ ਨਹੀਂ ਸੁਣਿਆ ਥਾ। ਇਸ ਤਾਈ
ਪਰਮਾਤਮਾ ਇੱਕ ਆਖਰੀ ਮੁਸੀਬਤ ਘਲਣੇ ਦੀ ਯੋਜਨਾ ਬਣਾਈ। ਇਸ ਤੇ ਫਿਰੌਨ ਰਾਜੇ ਦਾ ਮਨ ਬਦਲੀ ਗਿਆ।